ਸੇਤ ਨੂੰ ਠੀਕ ਰੱਖਣ ਦੇ ਘਰੇਲੂ ਉਪਾਅ ਨੰਬਰ 1 ਸਵੇਰੇ ਜਲਦੀ ਉੱਠਿਆ ਕਰੋ ਇਸ ਨਾਲ ਸਰੀਰ ਵਿੱਚ ਤਾਕਤ ਬਣੀ ਰਹੇਗੀ ਨੰਬਰ 2 ਤੇਜ਼ ਤੇਜ਼ ਚੱਲਣ ਨਾਲ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਮੋਗੇ ਨੰਬਰ 3 ਹਾਜਮਾ ਖਰਾਬ ਹੋਵੇ ਤਾਂ ਕੱਚਾ ਛਲਗਮ ਖਾਓ ਇਸ ਨਾਲ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਹੋਵੇਗਾ ਨੰਬਰ 4 ਸਿਰ ਵਿੱਚ ਬਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 5 ਬਵਾਸੀਰ ਦੀ ਪ੍ਰੋਬਲਮ ਹੈ ਤਾਂ ਰਾਤ ਨੂੰ ਸੋਗੀ ਨੂੰ ਭੌਂ ਕੇ ਰੱਖ ਦਿਓ ਤੇ ਸਵੇਰੇ ਖਾ ਲੋ ਤੇ ਪਾਣੀ ਵੀ ਪੀ ਲਓ ਥੋੜੇ ਦਿਨਾਂ ਵਿੱਚ ਫਰਕ ਲੱਗ ਜਾਵੇਗਾ ਨੰਬਰ 6 ਚਾਹ ਬਣਾਉਂਦੇ ਸਮੇਂ ਅਨਾਰ ਦੇ ਛਿਲਕੇ ਵਿੱਚ ਪਾ ਦਿਓ ਇਸ ਨਾਲ ਜ਼ੁਖਾਮ ਜਲਦੀ ਠੀਕ ਹੋਵੇਗਾ ਨੰਬਰ 7 ਕਾਲੀ ਸੋਗੀ ਵਿੱਚ ਆਇਰਨ ਹੁੰਦਾ ਹੈ ਜੋ ਕਿ ਵਾਲਾਂ ਦਾ ਝੜਨਾ ਰੋਕਦਾ ਹੈ ਅਤੇ ਅੰਤੜੀਆਂ ਨੂੰ ਸ਼ੁੱਧ ਤੇ ਸਾਫ ਰੱਖਦਾ ਹੈ। ਨੰਬਰ 8 ਜਿਆਦਾ ਗਰਮ ਚਾਹ ਤੇ ਕੌਫੀ ਪੀਣ ਨਾਲ ਪੇਟ ਦੀਆਂ ਨਾੜਾਂ ਸੁੰਗੜ ਜਾਂਦੀਆਂ ਹਨ। ਨੰਬਰ 9 ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤਾਂ ਮਿੱਠਾ ਤੇ ਨਮਕ ਖਾਣਾ ਘੱਟ ਕਰ ਦਿਓ। ਨੰਬਰ 10 ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ। ਇਸ ਨਾਲ ਸ਼ਰੀਰ ਨੂੰ ਨੁਕਸਾਨ ਪਹੁੰਚਦਾ ਹੈ ਨੰਬਰ 11 ਪਿਆਜ਼ ਖਾਨ ਦੇ ਨਾਲ ਦੁੱਖ ਦਾ ਸੇਵਨ ਬਿਲਕੁਲ ਨਾ ਕਰੋ ਇਹ ਜਾਹਿਰ ਦੇ ਸਮਾਨ ਹੈ ਅਤੇ ਇਸ ਨਾਲ ਚਮੜੀ ਦੇ ਰੋਗ ਹੋ ਸਕਦੇ ਹਨ ਨੰਬਰ 12 ਦੁੱਧ ਦੇ ਨਾਲ ਕੋਈ ਖੱਟੀ ਚੀਜ਼ ਜਾਂ ਨਿੰਬੂ ਨਹੀਂ ਖਾਣਾ ਚਾਹੀਦਾ ਇਸ ਨਾਲ ਗੈਸ ਦੀ ਪ੍ਰੋਬਲਮ ਹੋ ਸਕਦੀ ਹੈ ਨੰਬਰ 13 ਪਿਆਜ਼ ਨੂੰ ਕੱਟ ਕੇ ਬੱਲਵ ਜਾਂ ਟਿਊਬਲਾਈਟ ਦੇ ਕੋਲ ਰੱਖਣ ਨਾਲ ਮੱਖੀਆਂ ਮੱਛਰ ਜਾਂ ਸ਼ਿਪਕਲੀਨ ਨਹੀਂ ਆਵੇਗੀ। ਨੰਬਰ 14 ਬੈਠਦੇ ਸਮੇਂ ਪਿੱਠ ਸਿੱਧੀ ਕਰਕੇ ਬੈਠੋ ਇਸ ਨਾਲ ਕਦੇ ਵੀ ਕਮਰਦਰਦ ਦੀ ਪ੍ਰੋਬਲਮ ਨਹੀਂ ਆਵੇਗੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।